ਸ਼੍ਰੀ ਦਰਬਾਰ ਸਾਹਿਬ ਦੇ ਰਾਹ ਵਿੱਚ ਲੱਗੇ ਗਿੱਧੇ ਭੰਗੜੇ ਦੇ ਬੁੱਤਾਂ ਦਾ ਮਾਮਲਾ ਨੀ ਦਿਨੀ ਭਖਿਆ ਹੋਇਆ ਹੈ। ਭਾਵੇਂ ਕਿ ਇਹ ਬੁੱਤ ਲੱਗਣ ਤੋਂ ਹੀ ਇਹਨਾਂ ਦਾ ਵਿਰੋਧ ਸ਼ੁਰੂ ਹੋ ਚੁੱਕਾ ਸੀ, ਪਰ ਹੁਣ ਪਿਛਲੇ ਸਮੇਂ ਤੋਂ ਇਹਨਾਂ ਬੁੱਤਾਂ ਖਿਲਾਫ ਸਿੱਖ ਜਗਤ ਵਿੱਚ ਵੱਡੇ ਪੱਧਰ 'ਤੇ ਰੋਸ ਸੀ। ਇਹਨਾਂ ਨੂੰ ਹਟਾਉਣ ਲਈ ਮੰਗ ਪੱਤਰ ਵੀ ਦਿੱਤੇ ਗਏ। ਰੋਸ ਮੁਜ਼ਾਹਰੇ ਵੀ ਹੋਏ, ਧਰਨੇ ਵੀ ਲੱਗੇ, ਪਰ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਨਹੀਂ ਸਰਕੀ। ਫਿਰ ਲੰਘੀ 14 ਜਨਵਰੀ ਦੀ ਰਾਤ ਨੂੰ ਕੁਝ ਸਿੱਖ ਨੌਜਵਾਨਾਂ ਨੇ ਇਹਨਾਂ ਬੁੱਤਾਂ ਨੂੰ ਤੋੜਨ ਦੀ ਕੋਸ਼ਿਸ਼ ਵਜੋਂ ਬੁੱਤਾਂ ਦੇ ਥੜੇ ਤੋੜ ਦਿੱਤੇ, ਕਿਉਂਕਿ ਬੁੱਤ ਸਖ਼ਤ ਮੈਟਲ ਦੇ ਹੋਣ ਕਰਕੇ ਟੁੱਟਣ ਤੋਂ ਬਚ ਗਏ। ਇਸ ਤੋਂ ਬਾਅਦ ਦੋਵੇਂ ਤਰ੍ਹਾਂ ਦੀਆਂ ਰਾਵਾਂ ਆ ਰਹੀਆਂ ਨੇ। ਸਿੱਖ ਜਗਤ ਦਾ ਵੱਡਾ ਹਿੱਸਾ ਇਹਨਾਂ ਨੌਜਵਾਨਾਂ ਦੀ ਹਮਾਇਤ ਵਿੱਚ ਆਇਆ ਹੈ, ਅਤੇ ਦੂਜੇ ਪਾਸੇ ਕੁਝ ਖੱਬੇ ਪੱਖੀ ਕਾਮਰੇਡ ਅਤੇ ਕੁਝ ਅਣਬੋਲ ਸਿੱਖ ਇਹਨਾਂ ਦੇ ਵਿਰੋਧ ਵਿੱਚ ਖੜ੍ਹੇ ਨੇ। ਜੇਕਰ ਸਿਧਾਂਤ ਦੀ ਗੱਲ ਕਰੀਏ ਤਾਂ ਉਹ ਵੱਖਰਾ ਵਿਸ਼ਾ ਹੈ, ਇਸ ਵਿਸ਼ੇ 'ਤੇ ਲੰਮੀ ਗੱਲਬਾਤ ਹੋ ਸਕਦੀ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਇਸ ਬਾਰੇ ਕਹਿਣਾ ਹੈ ਕਿ ਇਹ ਭੰਗੜੇ ਗਿੱਧੇ ਦੇ ਬੁੱਤ ਹਟਾ ਕੇ ਇਹਨਾਂ ਦੀ ਥਾਂ ਸਿੱਖ ਸੂਰਮਿਆਂ ਦੇ ਬੁੱਤ ਲਗਾਉਣੇ ਚਾਹੀਦੇ ਨੇ। ਸੋ ਜੇਕਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਇਹ ਬੋਲ ਹਨ, ਤਾਂ ਫਿਰ ਸਿੱਖ ਜਗਤ ਨੂੰ ਇਹਨਾਂ ਬੋਲਾਂ ਅਨੁਸਾਰ ਇਹਨਾਂ ਗਿੱਧੇ ਭੰਗੜੇ ਦੇ ਬੁੱਤਾਂ ਦਾ ਵਿਰੋਧ ਕਰਨਾ ਚਾਹੀਦਾ। ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਵੀ ਇਹਨਾਂ ਨੌਜਵਾਨਾਂ ਦੀ ਪੈਰਵਾਈ ਕਰਨੀ ਚਾਹੀਦੀ ਹੈ, ਜਿਨ੍ਹਾਂ 'ਤੇ ਪੁਲਿਸ ਨੇ 307 ਦੇ ਪਰਚੇ ਦਰਜ ਕੀਤੇ ਨੇ। ਬਿਊਰੋ ਰਿਪੋਰਟ, ਆਵਾਜ਼ ਏਕਮ ਟੀਵੀ।